ਵੀਰ ਜਿਹੜਾ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਅਤੇ ਰੇਹੜੀ ਲਾ ਰਿਹਾ ਇੱਥੇ ਵੈੱਜ ਚਾਂਪਾਂ ਦੀ, ਤਾਂ ਸਭ ਤੋਂ ਵੱਡੀ ਚੀਜ਼ ਹੈ ਕਿ ਵੈੱਜ ਚਾਂਪਾਂ ਦੀ ਰੇਹੜੀ ਦੇ ਬਾਵਜੂਦ ਵੀ ਆਸਥਾ ਜੁੜੀ ਹੋਈ ਹੈ ਉਸ ਰੱਬ ਨਾਲ, ਅਤੇ ਆਸਥਾ ਜੁੜਨ ਤੋਂ ਬਾਅਦ ਜਿਹੜਾ 13 ਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਦਾ ਹੈ, ਉਸ ਨੂੰ ਜਿਹੜੀਆਂ ਚਾਂਪਾਂ ਮੁਫਤ ਦਿੱਤੀਆਂ ਜਾ ਰਹੀਆਂ। ਵੀਰ ਜੀ ਨਾਮ ਕੀ ਹੈ ਤੁਹਾਡਾ? ਅਰੋੜਾ ਜੀ। ਕਿਹੜੇ ਧਰਮ ਨਾਲ ਸੰਬੰਧ? ਹਿੰਦੂ ਸਰ। ਅਤੇ ਮੈਨੂੰ ਇਹ ਦੱਸੋ, ਜਿਵੇਂ ਕਿ ਤੁਸੀਂ 13 ਵਾਰ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਦਾ ਹੈ, ਉਹਨਾਂ ਨੂੰ ਵੈੱਜ ਚਾਂਪਾਂ ਮੁਫਤ ਦੇ ਰਹੇ ਹੋ, ਕਿਵੇਂ ਜਹਿਨ ਦੇ ਵਿੱਚ? ਇਹ ਰੋਜ਼ ਬਾਬਾ ਜੀ ਦੇ ਦਰਬਾਰ 'ਤੇ ਜਾਈਦਾ, ਆਪਣੇ ਵੀਰ ਭਰਾ ਨੇ ਸਭ ਲੰਗਰ ਲਾਉਂਦੇ ਨੇ, ਇਹ ਚੀਜ਼ ਸਾਡੇ ਸੇ ਕੋਈ ਛੋਟੀ ਕੋਈ ਨਹੀਂ ਹੈਗੀ। ਜਿਹੜਾ ਵੀਰ ਭਰਾ ਇੱਥੇ ਹੈਗਾ 13 ਵਾਰੀ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੱਚੇ ਦਿਲੋਂ, ਉਹਨੂੰ ਸਾਡੇ ਵੱਲੋਂ ਇੱਕ ਚਾਂਪ ਫ੍ਰੀ ਹੈ। ਅਤੇ ਹਰ ਬੰਦਾ ਆਪਦਾ ਹੋਈ ਆ 13 ਵਾਰ ਰੱਬ ਦਾ ਨਾਮ ਲਈ ਜਾ, ਚਾਹੇ ਅਮੀਰ ਹੈ ਚਾਹੇ ਜੋ ਵੀ ਹੈ ਬੰਦਾ, ਉਹ ਜਿਹੜਾ ਵੀ ਨਾਮ ਜਪੇਗਾ ਉਹਨੂੰ ਮੁਫਤ ਦਿੱਤੀਆਂ। ਜਿਹੜਾ ਸਰ ਮਰਜ਼ੀ ਹੋਵੇ, ਭਾਵੇਂ ਅਮੀਰ ਹੋਵੇ ਚਾਹੇ ਗਰੀਬ, ਭਾਵੇਂ ਬੱਚੇ ਜੋ ਵੀ ਹੋਵੇ, ਬਸ 13 ਵਾਰੀ ਕਹਦੇ ਇੱਥੇ ਆ ਕੇ ਸੱਚੇ ਦਿਲੋਂ ਆਪਣੇ ਧੰਨ ਧੰਨ ਨਵਦੀਪ ਸਿੰਘ ਜੀ ਉਹਨੂੰ ਚਾਂਪ ਫ੍ਰੀ ਆ ਦਿਓ। ਕਿੰਨੀਆਂ ਜੀ ਮੁਰਾਦਾਂ ਪੂਰੀਆਂ ਹੋਈਆਂ ਨੇ? ਬਹੁਤ ਵਧੀਆ ਚੱਲਦਾ ਪਿਆ ਸਰ, ਬਾਬਾ ਦੀ ਕਿਰਪਾ ਚੜ੍ਹਦੀ ਕਲਾ ਬਖਸ਼ੀ ਨੇ ਜਦੋਂ ਦਾ ਸ਼ੁਰੂ ਕਰਦੇ ਆ। ਪਹਿਲਾਂ ਕਿਸ ਹਾਲਾਤਾਂ ਦੇ ਵਿੱਚ ਸੀ ਤੁਸੀਂ? ਚਲੋ ਵਧੀਆ ਸੀ, ਪਰ ਜਦੋਂ ਦਾ ਸ਼ੁਰੂ ਕੀਤਾ ਬਾਬੇ ਨੇ ਬਹੁਤ ਕਿਰਪਾ ਕੀਤੀ ਹੈ, ਬਹੁਤ ਵਧੀਆ। ਰੇਹੜੀ ਲਾਉਂਦਿਆਂ ਨੂੰ ਕਿੰਨਾ ਸਮਾਂ ਹੋ ਗਿਆ? ਮੈਨੂੰ ਭਾਈ ਹੋ ਗਏ 2-3 ਸਾਲ ਕੰਮ ਕਰਦੇ। ਜਿਹੜਾ 13 ਵਾਰ ਬਾਬਾ ਜੀ ਦਾ ਨਾਮ ਜਪਦਾ ਹੈ ਇਹ ਕਿੰਨੇ ਚਿਰ? ਇਹ ਮਹੀਨਾ ਵੀ ਸ਼ੁਰੂ ਕੀਤੇ ਆ, ਪਰ ਜਿੰਨਾ ਚਿਰ ਸਾਹ ਚੱਲਣ ਤੇ ਉਦੋਂ ਤੱਕ ਚੱਲੇਗਾ। ਕਿੰਨਾ ਜੋ ਵਾਧਾ ਪਿਆ ਉਸ ਤੋਂ ਬਾਅਦ ਜਦੋਂ ਦਾ ਤੁਸੀਂ ਇਹ 13 ਵਾਰ ਨਾਮ ਜਪਣ ਤੋਂ ਬਾਅਦ ਚਾਂਪਾ? ਪਹਿਲਾਂ ਇੱਕ ਰੇਹੜੀ ਰਹੀ ਹੈ ਚਾਂਪਾ ਦੀ, ਬਾਬੇ ਦੀ ਕਿਰਪਾ ਨਾਲ 2 ਲੱਗ ਗਈਆਂ, ਕਿਰਪਾ ਰਹੀ ਬਾਬੇ ਦੀ ਹੋਰ ਇੱਕ ਤੋਂ ਲੱਗ ਜਾਣਗੀਆਂ। ਬਹੁਤ ਏਰੀਆ ਹੈ, ਅਮੀਰ ਵੀ ਆਉਂਦੇ ਨੇ ਗਰੀਬ ਵੀ ਆਉਂਦੇ ਨੇ, ਤਾਂ ਨੁਕਸਾਨ ਨਹੀਂ ਹੁੰਦਾ ਤੁਹਾਨੂੰ, ਕਿਉਂਕਿ 10 ਬੰਦੇ ਵੀ ਰੋਜ਼ਾਨਾ ਇੱਥੇ ਪਹੁੰਚਣੇ ਅਤੇ ਜਿਨ੍ਹਾਂ ਨੇ ਬਾਬਾ ਜੀ ਦਾ ਨਾਮ ਜਪਿਆ ਤਾਂ ਤੁਸੀਂ ਮੁਫਤ ਦੇ ਵਿੱਚ ਚਾਂਪਾ ਦੇ ਦਿੱਤੀਆਂ, ਨੁਕਸਾਨ ਨਹੀਂ ਹੋਏ? ਨੁਕਸਾਨ ਭਾਈ ਬਾਬਾ ਜੀ ਨੇ ਆਉਣ ਨਹੀਂ ਦੇਣਾ, ਭਾਵੇਂ 10 ਚੜ੍ਹ ਭਾਵੇਂ ਲੱਖ ਬੰਦਾ ਆਏ, ਉਹਨਾਂ ਨੇ ਕਿੱਥੋਂ ਘਾਟਾ ਪੈਣ ਦੇ ਦੇਣਾ ਜੀ, ਉਹਨਾਂ ਦੇ ਵਾਸਤੇ ਜੀਂਦੇ ਮੈਂ। ਰੋਜ਼ਾਨਾ ਮੱਥਾ ਟੇਕਣ ਵੀ ਜਾਂਦੇ ਹੋ ਸੀ ਤਾਂ? ਹਾਂਜੀ ਸਰ, ਰੋਜ਼ ਭਾਵੇਂ ਰਾਤੀ 11 ਵਜਣ, 10 ਵਜਣ, 12 ਵਜਣ, ਜਿੰਨੇ ਵਿਹਲੇ ਹੋਣਾ ਉੱਥੇ ਜਾਣਾ ਇੱਕ ਵਾਰੀ, ਰੋਜ਼ ਬਿਲ ਲੱਗਾ ਜਾਣਾ ਹੀ ਜਾਣਾ। ਰੇਹੜੀ ਦੇ ਆਉਣ ਦਾ ਟਾਈਮ ਕੀ ਹੈ ਤੁਹਾਡਾ ਅਤੇ ਬੰਦ ਕਰਨ ਦਾ ਟਾਈਮ? ਟਾਈਮ ਭਾਈ ਸਵੇਰੇ 11 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇਹ ਦੱਸੋ, ਇੱਥੇ ਚਾਂਪਾ ਤੋਂ ਇਲਾਵਾ ਹੋਰ ਕਿਹੜੀ ਚੀਜ਼ ਬਣਾਉਂਦੇ ਹੋ? ਹੋਰ ਆਪਣਾ ਫਾਸਟ ਫੂਡ ਤਾਂ ਹੈਗਾ ਇੱਧਰ, ਨੂਡਲ, ਸਪਰਿੰਗ ਰੋਲ ਵਗੈਰਾ, ਮਸ਼ਰੂਮ ਹੈ, ਪਨੀਰ ਹੈ। ਪਰਿਵਾਰ ਦਾ ਬਹੁਤ ਸਾਥ ਚਾਹੀਦਾ ਹੁੰਦਾ, ਕਿਉਂਕਿ ਪਰਿਵਾਰ ਵਾਲੇ ਨਹੀਂ ਮਨਾ ਕੀਤਾ ਕਿ ਇਸ ਚੀਜ਼ ਨਾਲ ਨੁਕਸਾਨ ਹੋਏ? ਨਹੀਂ ਨਹੀਂ, ਉਹ ਆ ਬਾਬਾ ਨੂੰ ਪਿਆਰ, ਇਹਨਾਂ ਦੇ ਮਨਾ ਕਿੱਥੋਂ ਕਰ ਸਕਦੇ, ਸਾਰੇ ਪਿਆਰ ਕਰਦੇ ਬਾਬਾ ਜੀ ਨੂੰ, ਕੋਈ ਮਨਾ ਨਹੀਂ ਕਹਿੰਦੇ, ਜਿਸ ਤਰ੍ਹਾਂ ਤੁਹਾਨੂੰ ਜੋ ਬਾਬਾ ਜੀ ਚੰਗਾ ਲੱਗਦਾ ਕਰੋ, ਇਹ ਬਾਬਾ ਜੀ ਨਾਲ ਆ ਕੋਈ ਉਸ ਤਰ੍ਹਾਂ ਦੇ ਕਰਨ ਨਹੀਂ ਦੇ ਜੀ। ਇੰਨੀ ਜਿਹੜੀ ਆਸਥਾ ਜੁੜ ਗਈ ਹੈ ਤੁਹਾਡੀ, ਇਹ ਹੁਣ ਬੱਚਿਆਂ ਤਾਂ ਹੀ ਚੱਲਦੀ ਰਹੀ? ਹਾਂਜੀ ਹਾਂਜੀ, ਚੱਲੇਗੀ ਸਰ, ਜ਼ਰੂਰ ਚੱਲੇਗੀ। ਦੇ ਵਿੱਚ ਰੇਹੜੀ ਲਾ ਰਿਹਾ ਵੀਰ, ਪਰ ਚਾਂਪਾਂ ਦੀ ਰੇਹੜੀ ਦੇ ਵਿੱਚੋਂ ਵੀ ਆਪਣਾ ਦਸਵੰਧ ਦੇ ਰਿਹਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ, ਜਿਹੜਾ 13 ਵਾਰ ਨਾਮ ਜਪਦਾ ਹੈ ਉਸ ਨੂੰ ਜਿਹੜਾ ਵੈੱਜ ਚਾਂਪਾਂ ਜਿਹੜੀਆਂ ਮੁਫਤ ਦਿੱਤੀਆਂ ਜਾ ਰਹੀਆਂ ਨੇ। ਦੋਸਤੋ, ਅੱਜ ਅਸੀਂ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਰੇਹੜੀ ਮਾਰਕੀਟ ਪਹੁੰਚੇ ਹਾਂ, ਜਿੱਥੇ ਕਿ ਹਿੰਦੂ ਨੌਜਵਾਨ ਵੀਰ ਵੱਲੋਂ ਜਿਹੜਾ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਣ ਦੇ ਉੱਪਰ ਵੈੱਜ ਚਾਂਪਾਂ ਜਿਹੜੀਆਂ ਮੁਫਤ ਦਿੱਤੀਆਂ ਜਾ ਰਹੀਆਂ ਨੇ। ਇਹ ਦਸਵੰਧ ਹੈ ਇਹਨਾਂ ਦਾ, ਉਪਰਾਲਾ ਹੈ ਇਹਨਾਂ ਦਾ ਕਿ ਰੱਬ ਦੇ ਨਾਮ ਦੇ ਉੱਪਰ ਜਿਹੜਾ ਵੀ ਰੱਬ ਦਾ ਨਾਮ ਜਪਦਾ ਹੈ ਉਸ ਨੂੰ ਜਿਹੜੀਆਂ ਵੈੱਜ ਚਾਂਪਾਂ ਜਿਹੜੀਆਂ ਫ੍ਰੀ ਦਿੱਤੀਆਂ ਜਾ ਰਹੀਆਂ ਨੇ। 13 ਵਾਰ ਨਾਮ ਜਪੋ ਅਤੇ ਵੈੱਜ ਚਾਂਪਾਂ ਜਿਹੜੀਆਂ ਮੁਫਤ ਦੇ ਵਿੱਚ ਦਿੱਤੀਆਂ ਜਾ ਰਹੀਆਂ ਨੇ। ਤਾਂ ਵੀਰ ਜਿਹੜਾ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਅਤੇ ਰੇਹੜੀ ਲਾ ਰਿਹਾ ਇੱਥੇ ਵੈੱਜ ਚਾਂਪਾਂ ਦੀ, ਤਾਂ ਸਭ ਤੋਂ ਵੱਡੀ ਚੀਜ਼ ਹੈ ਕਿ ਵੈੱਜ ਚਾਂਪਾਂ ਦੀ ਰੇਹੜੀ ਦੇ ਬਾਵਜੂਦ ਵੀ ਆਸਥਾ ਜੁੜੀ ਹੋਈ ਹੈ ਉਸ ਰੱਬ ਨਾਲ, ਅਤੇ ਆਸਥਾ ਜੁੜਨ ਤੋਂ ਬਾਅਦ ਜਿਹੜਾ 13 ਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਦਾ ਹੈ ਉਸ ਨੂੰ ਜਿਹੜੀਆਂ ਚਾਂਪਾਂ ਮੁਫਤ ਦਿੱਤੀਆਂ ਜਾ ਰਹੀਆਂ ਨੇ। ਰੱਬ ਦਾ ਨਾਮ ਜਪਣ ਨਾਲ ਮੁਰਾਦਾਂ ਤਾਂ ਜ਼ਰੂਰ ਪੂਰੀਆਂ ਹੁੰਦੀਆਂ ਨੇ, ਅਤੇ ਪਰ ਜੇ ਤੁਸੀਂ 13 ਵਾਰ ਰੱਬ ਦਾ ਨਾਮ ਜਪੋਗੇ ਇੱਥੇ ਇਸ ਰੇਹੜੀ ਦੇ ਉੱਪਰ ਤਾਂ ਤੁਹਾਨੂੰ ਜਿਹੜੀਆਂ ਚਾਂਪਾਂ ਮੁਫਤ ਦਿੱਤੀਆਂ ਜਾ ਰਹੀਆਂ ਨੇ। ਜਿਵੇਂ ਕਿ ਰੱਬ ਦੇ ਨਾਮ ਦੇ ਵਿੱਚ ਹੀ ਬੜੀ ਪਾਵਰ ਹੈ, ਹਰ ਮੁਰਾਦ ਪੂਰੀ ਹੋ ਜਾਂਦੀ ਹੈ। ਜਦੋਂ ਬੰਦਾ ਟੁੱਟ ਜਾਂਦਾ, ਹਾਰ ਜਾਂਦਾ ਤਾਂ ਰੱਬ ਦਾ ਨਾਮ ਜ਼ਰੂਰ ਲੈਂਦਾ ਹੈ, ਤਾਂ ਜਿਹੜਾ ਲੋੜਵੰਦ ਹੁੰਦਾ ਹੈ ਉਹ ਇਸ ਰੇਹੜੀ ਦੇ ਆਵੇਗਾ ਤਾਂ 13 ਵਾਰ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪੇਗਾ ਤਾਂ ਉਸ ਨੂੰ ਜਿਹੜੀਆਂ ਵੈੱਜ ਚਾਂਪਾਂ ਮੁਫਤ ਦਿੱਤੀਆਂ ਜਾ ਰਹੀਆਂ। ਇਹ ਹਿੰਦੂ ਵੀਰ ਹੈ ਪਰ ਆਸਥਾ ਜੁੜੀ ਹੋਈ ਹੈ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਨਾਲ। ਵੀਰ ਜੀ ਨਾਮ ਕੀ ਹੈ ਤੁਹਾਡਾ? ਲਵਿਸ਼ਮ ਜੀ। ਲਵਿਸ ਅਰੋੜਾ ਜੀ, ਕਿਹੜੇ ਧਰਮ ਨਾਲ ਸੰਬੰਧ ਹੈ? ਹਿੰਦੂ ਸਰ। ਇਹ ਮੈਨੂੰ ਇਹ ਦੱਸੋ, ਜਿਵੇਂ ਕਿ ਤੁਸੀਂ 13 ਵਾਰ ਜਿਹੜਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਦਾ ਹੈ ਉਹਨਾਂ ਨੂੰ ਵੈੱਜ ਚਾਂਪਾਂ ਮੁਫਤ ਦੇ ਰਹੇ ਹੋ, ਕਿਵੇਂ ਜਹਿਨ ਦੇ ਵਿੱਚ? ਇਹ ਵਾਹ ਰੋਜ਼ ਬਾਬਾ ਜੀ ਦੇ ਦਰਬਾਰ 'ਤੇ ਜਾਈਦਾ, ਆਪਣੇ ਵੀਰ ਭਰਾ ਨੇ ਸਭ ਲੰਗਰ ਲਾਉਂਦੇ ਨੇ, ਇਹ ਚੀਜ਼ ਸਾਡੇ ਸੇ ਕੋਈ ਛੋਟੀ ਕੋਈ ਨਹੀਂ ਹੈਗੀ। ਜਿਹੜਾ ਵੀਰ ਭਰਾ ਇੱਥੇ ਹੈਗਾ 13 ਵਾਰੀ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਸੱਚੇ ਦਿਲੋਂ, ਉਹਨੂੰ ਸਾਡੇ ਵੱਲੋਂ ਇੱਕ ਚਾਂਪ ਫ੍ਰੀ ਆ। ਇਹ ਵੀਰੇ ਨਾਮ ਤਾਂ ਵੈਸੇ ਅਸੀਂ ਸਾਰੇ ਜਪਦੇ ਹਾਂ ਰੱਬ ਦਾ,
ਅਤੇ ਹਰ ਬੰਦਾ ਆਪਦਾ ਹੋਏਗਾ 13 ਵਾਰ ਰੱਬ ਦਾ ਨਾਮ ਲਏਗਾ, ਚਾਹੇ ਅਮੀਰ ਹੈ ਚਾਹੇ ਜੋ ਵੀ ਹੈ ਬੰਦਾ, ਜਿਹੜਾ ਵੀ ਨਾਮ ਜਪੇਗਾ ਉਹਨੂੰ ਮੁਫ਼ਤ ਦਿੱਤੀਆਂ, ਜਿਹੜਾ ਸਿਰ ਮਰਜ਼ੀ ਹੋਵੇ, ਭਾਵੇਂ ਅਮੀਰ ਹੋਵੇ ਚਾਹੇ ਗਰੀਬ, ਭਾਵੇਂ ਬੱਚੇ ਜੋ ਵੀ ਹੋਵੇ, ਬਸ 13 ਵਾਰੀ ਕਹਿ ਦੇ ਇੱਥੇ ਜਾ ਕੇ ਸੱਚੇ ਦਿਲੋਂ ਆਪਣੇ ਧੰਨ ਧੰਨ ਨਵਦੀਪ ਸਿੰਘ ਜੀ, ਉਹਨੂੰ ਚਾਂਪ ਫਰੀ ਆ ਦੇ ਲਓ। ਦੋਸਤੋ ਮੈਂ ਦੱਸਣਾ ਚਾਹੁੰਦਾ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦਾਂ ਸਾਹਿਬ ਵਾਲੇ, ਜਿਹੜੇ ਜੇ ਐਤਵਾਰ ਨੂੰ ਚੁਪਹਿਰਾ ਸਾਹਿਬ ਵੀ ਉੱਥੇ ਹੁੰਦਾ ਹੈ ਤਾਂ ਦੂਰੋਂ ਦੁਰਾਡੇ ਤੋਂ ਜਿਹੜੇ ਨੇ ਸੰਗਤਾਂ ਪਾਉਂਦੀਆਂ ਨੇ, ਨਤਮਸਤਕ ਹੁੰਦੀਆਂ ਨੇ ਅਤੇ ਉਹਨਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ, ਤਾਂ ਸ਼ਹੀਦਾਂ ਸਾਹਿਬ ਦੀ ਬਹੁਤ ਮਾਨਤਾ ਹੈ ਅੰਮ੍ਰਿਤਸਰ ਦੇ ਵਿੱਚ ਨਹੀਂ ਬਾਹਰਲੇ ਵਿਦੇਸ਼ਾਂ ਦੇ ਵਿੱਚ ਵੀ, ਤਾਂ ਜਿਹੜਾ ਵੀ ਵੀਰ ਉੱਥੇ ਪਾਉਂਦਾ ਸ਼ਹੀਦਾਂ ਸਾਹਿਬ ਮੱਥਾ ਟੇਕਦਾ ਉਹਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ, ਤਾਂ ਵੀਰ ਦੀਆਂ ਵੀ ਮੁਰਾਦਾਂ ਪੂਰੀਆਂ ਹੋਈਆਂ ਤਾਂ ਇਹਨਾਂ ਨੇ ਜਿਹੜੀ ਹੈ ਵੈਜ ਚਾਂਪਾਂ ਮੁਫ਼ਤ ਦਿੱਤੀਆਂ ਜਾ ਰਹੀਆਂ, ਕਿੰਨੀਆਂ 'ਚ ਮੁਰਾਦਾਂ ਪੂਰੀਆਂ ਹੋਈਆਂ ਨੇ ਹੁਣ? ਬਹੁਤ ਵਧੀਆ ਚੱਲਦਾ ਪਿਆ ਸਰ, ਬਾਬਾ ਦੀ ਕਿਰਪਾ ਚੜ੍ਹਦੀ ਕਲਾ ਬਖਸ਼ੀ ਉਹਨਾਂ ਨੇ ਜਦੋਂ ਦਾ ਸ਼ੁਰੂ ਕਰਦੇ ਆ। ਪਹਿਲਾਂ ਕਿਸ ਹਾਲਾਤਾਂ ਦੇ ਵਿੱਚ ਸੀ ਤੁਸੀਂ? ਚਲੋ ਵਧੀਆ ਸੀ, ਪਰ ਜਦੋਂ ਦਾ ਸ਼ੁਰੂ ਕੀਤਾ ਬਾਬੇ ਨੇ ਬਹੁਤ ਕਿਰਪਾ ਕੀਤੀ ਹੈ, ਬਹੁਤ ਵਧੀਆ। ਰੇੜੀ ਲਾਉਂਦਿਆਂ ਨੂੰ ਕਿੰਨਾ ਸਮਾਂ ਹੋ ਗਿਆ? ਮੈਨੂੰ ਭਾਈ ਹੋ ਗਏ 2-3 ਸਾਲ ਕੰਮ ਕਰਦੇ। ਜਿਹੜਾ 13 ਵਾਰ ਬਾਬਾ ਜੀ ਦਾ ਨਾਮ ਜਪਦਾ ਹੈ ਇਹ ਕਿੰਨੇ ਚਿਰ? ਇਹ ਮਹੀਨਾ ਵੀ ਸ਼ੁਰੂ ਕੀਤੇ, ਪਰ ਜਿੰਨਾ ਚਿਰ ਸਾਹ ਚੱਲਦੇ ਉਦੋਂ ਤੱਕ ਚੱਲੇਗਾ। ਕਿੰਨਾ ਜੋ ਵਾਧਾ ਪਿਆ ਉਸ ਤੋਂ ਬਾਅਦ ਜਦੋਂ ਦਾ ਤੁਸੀਂ ਇਹ 13 ਵਾਰ ਨਾਮ ਜਪਣ ਤੋਂ ਬਾਅਦ ਚਾਂਪਾ? ਪਹਿਲਾਂ ਇੱਕ ਰੇੜੀ ਰਹੀ ਹੈ ਚਾਂਪਾ ਦੀ, ਬਾਬੇ ਦੀ ਕਿਰਪਾ ਨਾਲ 2 ਲੱਗ ਗਈਆਂ, ਜੇ ਕਿਰਪਾ ਰਹੀ ਬਾਬੇ ਦੀ ਹੋਰ ਇੱਕ ਤੋਂ ਲੱਗ ਜਾਣਗੀਆਂ। ਇਹ ਰਣਜੀਤ ਐਵਨਿਊ ਆ, ਪੌਸ ਏਰੀਆ ਹੈ, ਅਮੀਰ ਵੀ ਆਉਂਦੇ ਨੇ ਗਰੀਬ ਵੀ ਆਉਂਦੇ ਨੇ, ਤਾਂ ਨੁਕਸਾਨ ਨਹੀਂ ਹੁੰਦਾ ਤੁਹਾਨੂੰ? ਜਿਵੇਂ ਜੇ 10 ਬੰਦੇ ਵੀ ਰੋਜ਼ਾਨਾ ਇੱਥੇ ਪਹੁੰਚਣੇ ਅਤੇ ਜਿਨ੍ਹਾਂ ਨੇ ਬਾਬਾ ਜੀ ਦਾ ਨਾਮ ਜਪਿਆ ਤਾਂ ਤੁਸੀਂ ਮੁਫ਼ਤ ਦੇ ਵਿੱਚ ਚਾਂਪਾ ਦੇ ਦਿੱਤੀਆਂ, ਨੁਕਸਾਨ ਨਹੀਂ ਹੋਏਗਾ? ਨੁਕਸਾਨ ਭਾਈ ਬਾਬਾ ਜੀ ਨੇ ਆਉਣ ਨਹੀਂ ਦੇਣਾ, ਭਾਵੇਂ 10 ਚੜ੍ਹ ਹੋਵੇ, 1 ਬੰਦਾ ਆਏ ਉਹਨਾਂ ਨੇ ਕਿੱਥੋਂ ਘਾਟਾ ਪੈਣ ਦੇ ਦੇਣਾ ਜੀ, ਉਹਨਾਂ ਦੇ ਵਾਸਤੇ ਜੀਣ ਦੇ ਬਸ। ਅਤੇ ਰੋਜ਼ਾਨਾ ਮੱਥਾ ਟੇਕਣ ਵੀ ਜਾਂਦੇ ਹੋ ਸੀਧਾ? ਹਾਂਜੀ ਸਰ, ਰੋਜ਼ ਭਾਵੇਂ ਰਾਤੀ 11 ਵਜਣ, 10 ਵਜਣ, 12 ਵਜਣ, ਜਿੰਨੇ ਵੀ ਵਿਹਲੇ ਹੋਣਾ ਉੱਥੇ ਜਾਣਾ ਇੱਕ ਵਾਰੀ, ਰੋਜ਼ ਬਿਲ ਨਾਗਾ ਜਾਣਾ ਹੀ ਜਾਣਾ। ਇਹ ਰੇੜੀ ਦੇ ਆਉਣ ਦਾ ਟਾਈਮ ਕੀ ਹੈ ਤੁਹਾਡਾ ਅਤੇ ਬੰਦ ਕਰਨ ਦਾ ਟਾਈਮ ਕੀ ਹੈ? ਟਾਈਮ ਭਾਈ ਸਵੇਰੇ 11 ਵਜੇ ਤੋਂ ਲੈ ਕੇ ਰਾਤੀ 10 ਵਜੇ ਤੱਕ। ਇਹ ਲਵੀ ਵੀਰ ਹੁਣ ਤਾਂ ਠੰਡ ਵੀ ਬਹੁਤ ਆ ਅਤੇ ਇੱਥੋਂ ਰੇੜੀ ਵਧਾਉਂਦੇ ਹੋ, ਫਿਰ ਬਾਬਾ ਜੀ ਦੇ ਜਾਂਦੇ ਹੋ, ਲੇਟ ਹੋ ਜਾਂਦੇ ਹੋ ਤਾਂ ਵੀ ਜਾਣਾ ਪੈਂਦਾ? ਸਰ ਜਿੰਨਾ ਟਾਈਮ ਮਰਜ਼ੀ ਲੇਟ ਹੋ ਜਾਏ, 12 ਵਜੇ ਨੇ 1 ਵਜੇ ਇੱਕ ਵਾਰੀ ਉੱਥੇ ਹਾਜ਼ਰੀ ਲਾਉਣੀ ਜ਼ਰੂਰ ਹੁੰਦੀ ਬਾਬੇ ਦਰਬਾਰ 'ਤੇ। ਮੈਨੂੰ ਇਹ ਦੱਸੋ ਇੱਥੇ ਚਾਂਪਾਂ ਤੋਂ ਇਲਾਵਾ ਹੋਰ ਕਿਹੜੀ ਚੀਜ਼ ਬਣਾਉਂਦੇ ਆ ਤੁਸੀਂ? ਹੋਰ ਆਪਣਾ ਫਾਸਟ ਫੂਡ ਤਾਂ ਹੈਗਾ ਇੱਧਰ, ਨਿਊਡਲ, ਸਪਰਿੰਗ ਰੋਲ ਵਗੈਰਾ, ਮਸ਼ਰੂਮ ਹੈ, ਪਨੀਰ ਹੈ। ਅਤੇ ਜਿਵੇਂ ਜਿਵੇਂ ਵਾਧਾ ਹੁੰਦਾ ਜਾਏਗਾ ਤੁਹਾਡੇ ਬਿਜ਼ਨਸ ਦੇ ਵਿੱਚ, ਤਿਵੇਂ ਤਿਵੇਂ ਇਹ ਬਾਬਾ ਜੀ ਦਾ ਨਾਮ ਜਪਣ ਵਾਲਾ ਜਿਹੜਾ ਚੱਲਦਾ ਰਹੇਗਾ? ਚੱਲਦਾ ਰਹੇਗਾ ਸਰ, ਲਾਈਫ ਟਾਈਮ ਚੱਲਦਾ ਰਹੇਗਾ, ਜਿੰਨਾ ਚਿਰ ਸਾਹ ਚੱਲਣ ਦੇ ਉਹਨਾਂ 'ਚ ਚੱਲੇਗਾ। ਅਤੇ ਮੈਨੂੰ ਇਹ ਦੱਸੋ ਲਵੀ ਜੀ, ਪਰਿਵਾਰ ਦਾ ਬਹੁਤ ਸਾਥ ਚਾਹੀਦਾ ਹੁੰਦਾ, ਕਿਉਂਕਿ ਪਰਿਵਾਰ ਵਾਲੇ ਨਹੀਂ ਮਨਾ ਕੀਤਾ ਜੀ ਇਸ ਚੀਜ਼ ਨਾਲ ਨੁਕਸਾਨ ਹੋਏਗਾ? ਨਹੀਂ, ਉਹ ਆਪ ਬਾਬਾ ਜੀ ਨੂੰ ਪਿਆਰ, ਇਹਨਾਂ ਦੇ ਮਨਾ ਕਿੱਥੋਂ ਕਰ ਸਕਦੇ, ਸਾਰੇ ਪਿਆਰ ਕਰਦੇ ਬਾਬਾ ਜੀ ਨੂੰ, ਕੋਈ ਮਨਾ ਨਹੀਂ ਕਹਿੰਦੇ, ਜਿਸ ਤਰ੍ਹਾਂ ਤੁਹਾਨੂੰ ਜੋ ਬਾਬਾ ਜੀ ਚੰਗਾ ਲੱਗਦਾ ਕਰੋ, ਇਹ ਬਾਬਾ ਜੀ ਨਾਂ ਦਿਆ ਕੋਈ ਉਸ ਤਰ੍ਹਾਂ ਤਾਂ ਕਰਨ ਨਹੀਂ ਰਹੇ ਜੀ। ਇੰਨੀ ਜਿਹੜੀ ਆਸਥਾ ਜੁੜ ਗਈ ਹੈ ਤੁਹਾਡੀ, ਇਹ ਹੁਣ ਬੱਚਿਆਂ ਦਾ ਹੀ ਚੱਲਦੀ ਰਹੇਗੀ? ਹਾਂਜੀ ਹਾਂਜੀ, ਚੱਲੇਗੀ ਸਰ, ਜ਼ਰੂਰ ਚੱਲੇਗੀ, ਚੱਲੇਗੀ ਬਿਲਕੁਲ। ਕੀ ਸੰਦੇਸ਼ਾ ਕੀ ਲਾਉਣਾ ਚਾਹੁੰਦੇ ਹੋ, ਸੁਨੇਹਾ ਕੀ ਲਾਉਣਾ ਚਾਹੁੰਦੇ ਹੋ ਦੂਰ ਦੁਰਾਡੇ ਤੋਂ ਜਿਹੜੇ ਤੁਹਾਨੂੰ ਦੇਖ ਰਹੇ ਨੇ ਇਸ ਵੀਡੀਓ ਦੇ ਰਾਹੀਂ, ਕੀ ਸੁਨੇਹਾ ਲਾਉਂਦੇ? ਪਿਆਰ ਮਿਲਿਆ ਸਾਰਿਆਂ ਨੂੰ, ਜੇ ਆਪਾਂ ਚੀ ਕੀਤੀ ਆ, ਬਾਹਰੋਂ ਬਾਹਰੋਂ ਫੋਨ ਆਏ, ਬਹੁਤ ਵੀਰ ਨੇ ਵਧੀਆ ਕਰਨ ਡਿਆ, ਜੋ ਵੀ ਫੋਨ ਆਏ, ਬਸ ਮੈਂ ਭਜਾਈ ਹੋ ਰਹੀ ਹੈ। ਹਾਂਜੀ ਹਾਂਜੀ ਬਿਲਕੁਲ ਸਰ, ਮੈਂ ਤਾਂ ਇਹ ਕਹਾਂ ਜਿਹੜਾ ਵੀਡੀਓ ਦੇਖ ਰਿਹਾ ਇੱਕ ਵਾਰੀ ਆ ਕੇ ਭਰਾ ਨੂੰ ਜ਼ਰੂਰ ਮਿਲੇ, ਨਾਲੇ ਟੇਸਟ ਕਰੇ ਭਰਾ ਦੀ ਚਾਂਪ। ਜ਼ਰੂਰ ਜੀ, ਵੀਰ ਰੱਬ ਦੇ ਨਾਮ ਨਾਲ ਜੋੜ ਰਿਹਾ ਹੈ, ਚਾਹੇ ਚਾਂਪਾਂ ਦੇ ਬਹਾਨੇ ਹੈ, ਸਿਰਫ ਬਹਾਨਾ ਚਾਂਪਾਂ ਦਾ ਹੈ, ਜੋੜਨਾ ਰੱਬ ਦੇ ਨਾਮ ਨਾਲ ਹੈ, ਉਸ ਰੱਬ ਦੇ ਨਾਮ ਨਾਲ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਨਾਮ ਨਾਲ ਜੋੜਨ ਦਾ ਇੱਕ ਬਹਾਨਾ ਹੈ ਕਿ ਤੁਸੀਂ 13 ਵਾਰ ਨਾਮ ਜਪੋ ਅਤੇ ਤੁਹਾਨੂੰ ਜਿਹੜੀਆਂ ਇਹ ਚਾਂਪਾਂ ਮੁਫ਼ਤ ਦਿੱਤੀਆਂ ਜਾਣਗੀਆਂ। ਨਾਮ ਤਾਂ ਸਾਰੇ ਜਪਦੇ ਨੇ, ਸੌਂਦਿਆਂ, ਉੱਠਦਿਆਂ, ਬਹਿੰਦਿਆਂ, ਹਰ ਵੇਲੇ ਰੱਬ ਦਾ ਨਾਮ ਜਪੀਦਾ ਹੈ, ਅਤੇ ਜਦੋਂ ਰੱਬ ਦਾ ਨਾਮ ਜਪਣ ਨਾਲ ਕਿਸੇ ਲੋੜਵੰਦ ਦਾ ਢਿੱਡ ਭਰ ਜਾਂਦਾ ਤਾਂ ਉਹ ਸਭ ਤੋਂ ਵੱਡਾ ਦਸਵੰਧ ਹੈ ਇਸ ਰੇੜੀ ਦਾ। ਇਸ ਰੇੜੀ ਦੇ ਉੱਪਰ ਜਿਹੜਾ ਦਸਵੰਧ ਦੇ ਤੌਰ 'ਤੇ ਜਿਹੜਾ ਹੈ ਲੋੜਵੰਦਾਂ ਦਾ ਜਿਹੜਾ ਹੈ ਢਿੱਡ ਭਰਿਆ ਜਾ ਰਿਹਾ ਹੈ, ਸਿਰਫ ਔਰ ਸਿਰਫ ਤੁਸੀਂ 13 ਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਲੈਣਾ ਹੈ, ਤਾਂ 13 ਵਾਰ ਨਾਮ ਜਪਣ ਦੇ ਨਾਲ ਹੀ ਤੁਹਾਨੂੰ ਜਿਹੜੀਆਂ ਨੇ ਮੁਫ਼ਤ ਚਾਂਪਾਂ ਦਿੱਤੀਆਂ ਜਾ ਰਹੀਆਂ ਨੇ। ਮੈਂ ਰੇੜੀ ਦੇ ਫਿਰ ਤੁਹਾਨੂੰ ਦੱਸ ਦਿੰਦਾ ਜੀ, ਮੋਟੂ ਚਾਂਪ ਦੇ ਨਾਮ ਨਾਲ ਇਹ ਰੇੜੀ ਹੈ, ਔਰ ਤੁਸੀਂ ਚਾਹੇ ਦੂਰੋਂ ਆ ਰਹੇ ਹੋ, ਚਾਹੇ ਨੇੜਿਓਂ ਆ ਰਹੇ ਹੋ, ਚਾਹੇ ਅੰਮ੍ਰਿਤਸਰ ਦੇ ਹੋ, ਚਾਹੇ ਅੰਮ੍ਰਿਤਸਰ ਤੋਂ ਬਾਹਰੋਂ ਆ ਰਹੇ ਹੋ, ਸਿਰਫ 13 ਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਨਾਮ ਜਪਣਾ ਅਤੇ ਤੁਹਾਨੂੰ ਜਿਹੜੀਆਂ ਮੁਫ਼ਤ ਚਾਂਪਾਂ ਦਿੱਤੀਆਂ ਜਾਣਗੀਆਂ। ਇਹ ਵੀ ਨਹੀਂ ਹੈ ਜੇ ਤੁਸੀਂ ਇੱਕ ਬੰਦਾ ਜਪੇਗਾ, 7 ਬੰਦੇ ਆਉਂਦੇ ਨੇ, 7 ਬੰਦੇ ਹੀ ਰੱਬ ਦਾ ਨਾਮ ਲੈਂਦੇ ਨੇ, ਅਤੇ 7 ਬੰਦਿਆਂ ਨੂੰ ਹੀ ਜਿਹੜੀਆਂ ਮੁਫ਼ਤ ਚਾਂਪਾਂ ਦਿੱਤੀਆਂ ਜਾ ਰਹੀਆਂ। ਹੁਣ ਜਲਬਾ ਚੜ੍ਹਦੇ ਆ, ਇੱਥੇ ਜਿਹੜੇ ਪਹੁੰਚੇ ਹੋਏ ਲੋਚ ਨੇ, ਸਰਦਾਰ ਜੀ ਪਹੁੰਚੇ ਹੋਏ ਨੇ, ਚਾਂਪਾਂ ਦਾ ਟੇਸਟ ਕਰ ਰਹੇ ਨੇ, ਉਹਨਾਂ ਨਾਲ ਵੀ ਜਲਬਾ ਚੜ੍ਹਦੇ ਆ। ਕਿੰਨੀ ਕੁ ਸੱਚਾਈ ਹੈ ਇਸ ਵਿੱਚ ਕਿ ਜਿਹੜਾ 13 ਵਾਰ ਨਾਮ ਜਪਦੇ ਨੇ ਉਹਨਾਂ ਨੂੰ ਚਾਂਪਾਂ ਮੁਫ਼ਤ ਦਿੱਤੀਆਂ ਜਾ ਰਹੀਆਂ ਨੇ। ਤਾਂ ਦੋਸਤੋ ਤੁਸੀਂ ਦੇਖ ਰਹੇ ਹੋ ਕਿ ਰੱਬ ਪ੍ਰਤੀ ਜਿਹੜੀ ਆਸਥਾ ਹੈ ਇਸ ਹਿੰਦੂ ਵੀਰ ਦੀ ਜੁੜੀ ਹੋਈ ਹੈ, ਔਰ ਇੱਥੇ ਜਿਹੜੇ ਆ ਰਹੇ ਨੇ ਉਹ ਵੀ ਇਹਨਾਂ ਨੂੰ ਬਹੁਤ ਪਿਆਰ ਦੇ ਰਹੇ ਨੇ।
ਕਿਵੇਂ ਦੇਖਦੇ ਹੋ ਇਸ ਉਪਰਾਲੇ? ਭਾਅ ਜੀ ਇਹ ਵੇਖੋ, ਇੱਕ ਤਾਂ ਆ ਹਿੰਦੂ ਪਰਿਵਾਰ ਹੈ ਨਾ, ਅਸੀਂ ਸਿੱਖ ਇਹ ਕੰਮ ਕਰੀਏ ਸਾਨੂੰ ਹੁੰਦਾ, ਇਹ ਹਿੰਦੂ ਪਰਿਵਾਰ ਹੈ, ਬੜੀ ਵਧੀਆ ਗੱਲ ਹੈ ਵੀਰ ਦੀ, ਇਹਦੀ ਆਸਥਾ ਆ ਬਾਬਾ ਦੀਪ ਸਿੰਘ ਵਿੱਚ, ਬੜਾ ਵਧੀਆ ਕੰਮ ਕਰਦੇ ਪਏ ਆ। ਕੋਈ ਗਰੀਬ ਵੀ ਆਜੂਗਾ, ਕੋਈ ਮਾੜਾ ਵੀ ਆਜੂਗਾ, ਕਈਆਂ ਕੋਲ ਪੈਸੇ ਬੱਚੇ ਇੱਥੇ ਤੁਰੇ ਫਿਰਦੇ ਨਹੀਂ ਪੈਸੇ ਹੁੰਦੇ, ਉਹ ਆਣ ਕੇ ਨਾਮ ਲੈ ਲਿਆ 13 ਵਾਰ, ਉਹ 13 ਵਾਲਾ ਜਿਹੜਾ ਨਾਮ ਲੈਣਾ ਉਹ ਵੀਰ ਦੇ ਖਾਤੇ 'ਚ ਹੀ ਜਾਣਾ ਹੈ। ਉਹ ਵੇਖੋ ਅਸੀਂ ਆਉਂਦੇ ਨਾ ਵੀ ਹਰ ਸਾਹ ਨਾਲ ਨਾਂ ਲੈਣਾ ਚਾਹੀਦਾ ਰੱਬ ਦਾ, ਉਹ ਜਿਹੜਾ 11 ਲਊਗਾ ਆਣ ਕੇ, ਭਾਵੇਂ ਵੀਰ ਨੇ ਫ੍ਰੀ ਦੇਣਾ ਭਾਵੇਂ ਇਹਨੇ ਜੋ ਮਰਜ਼ੀ, ਪਰ ਉਹ ਲੇਖਾਂ ਵਿੱਚ ਵੀਰ ਦੇ ਲਿਖਿਆ ਜਾਣਾ। ਉਹ ਜਿਹੜਾ ਬੜਾ ਵਧੀਆ ਉਪਰਾਲਾ ਕਰਦੇ, ਅਸੀਂ ਚਲੋ ਅੱਗੇ ਵੀ ਆਈਦਾ, ਹੁਣ ਵੀ ਆਏ ਹਾਂ, ਰਾਮਦਾਸ ਦੀ ਨਗਰੀ ਵਿੱਚ ਬੈਠੇ ਹਾਂ, ਬੜਾ ਵਧੀਆ ਉਪਰਾਲਾ ਇਹਨਾਂ ਕੀਤਾ, ਇਹਨੂੰ ਬੜਾ ਵਧੀਆ ਵੇਖਦੇ। ਜਿਵੇਂ ਕਿ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਾਲ ਬਹੁਤ ਆਸਥਾ ਜੁੜੀ ਹੋਈ ਹੈ, ਐਤਵਾਰ ਨੂੰ ਚੁਪਹਿਰਾ ਸਾਹਿਬ ਹੁੰਦਾ, ਉੱਥੇ ਜ਼ਿਆਦਾਤਰ ਅਸੀਂ ਦੇਖਦੇ ਹਾਂ ਕਿ ਜਿੱਥੇ ਸਰਦਾਰ ਪਰਿਵਾਰ 'ਚ ਪਹੁੰਚਦੇ ਨੇ ਉੱਥੇ ਹਿੰਦੂ ਪਰਿਵਾਰ ਵੀ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ, ਉਸ ਕਿਵੇਂ ਦੇਖਦੇ ਹੋ ਤੁਸੀਂ? ਭਾਅ ਜੀ ਵੇਖੋ, ਗੁਰੂ ਰਾਮਦਾਸ ਦੀ ਨਗਰੀ ਆ, ਗੋਲਡਨ ਟੈਂਪਲ ਦੇ 4 ਗੇਟ ਆ, ਉਹ ਇਹੋ ਸੰਦੇਸ਼ ਦਿੰਦਾ ਵੀ ਜਿਹੜਾ ਮਰਜ਼ੀ ਧਰਮ ਦਾ ਬੰਦਾ ਆ ਸਕਦਾ, ਇੱਕੋ ਪੰਗਤੇ ਲੰਗਰ ਬਹਿ ਕੇ ਖਾ ਸਕਦਾ। ਰੱਬ ਮੰਤਰੀ ਵੀ ਖਾਂਦੇ ਆ, ਛੋਟੇ ਵੀ ਖਾਂਦੇ, ਉਹ ਲੰਗਰ ਉੱਥੇ ਬਹਿ ਖਾਂਦੇ ਆ। ਬਾਬੇ ਦੀਪ ਸਿੰਘ ਦੇ ਵੀ ਸੇਮ ਹੀ ਆ, ਇੱਦਾਂ ਅਸੀਂ ਆਪ ਜਾਈਦਾ ਆ, ਅੱਧੇ ਵਿੱਚ ਹਿੰਦੂ ਪਰਿਵਾਰ ਬੈਠੇ ਹੁੰਦੇ ਆ, ਪਰ ਜਿਹੜਾ ਇਹਨਾਂ ਦਾ ਉਪਰਾਲਾ ਕੀਤਾ ਉਹ ਕੋਈ ਨਹੀਂ ਕਰਦਾ, ਇਹਨਾਂ ਸ਼ੁਰੂਆਤ ਕੀਤੀ ਆ, ਇਹਨਾਂ ਨੂੰ ਵੇਖ ਕੇ ਮੇਰੇ ਦਾ ਵੀ ਕੰਮ ਵਧੂਗਾ, ਇਹਨਾਂ ਨੂੰ ਰੱਬ ਤਰੱਕੀ ਦੇਵੇ, ਇਹਨਾਂ ਨੂੰ ਹੋਰ ਤਰੱਕੀ ਹੋਵੇ ਇਹਨਾਂ ਦੀ, ਇਹਨਾਂ ਦਾ ਕੰਮ ਵਧੇ, ਇਹਨਾਂ ਨੂੰ ਵੇਖ ਕੇ ਦੂਜੇ ਵੀ ਉਪਰਾਲੇ ਕਰਨ। ਵੀਰ ਦੱਸ ਰਿਹਾ ਕਿ ਇੰਨੀਆਂ ਜੀ ਮੁਰਾਦਾਂ ਪੂਰੀਆਂ ਹੋਈਆਂ ਨੇ, ਰੇਹੜੀ ਤੋਂ ਦੂਜੀ ਰੇਹੜੀ ਲਾ ਲਈ ਹੈ, ਅਤੇ ਹੁਣ ਰੱਬ ਦੀ ਮਿਹਰ ਰਹੀ ਤਾਂ ਤੀਜੀ ਰੇਹੜੀ ਵੀ ਲਾਉਣ ਜੀ, ਅਤੇ ਅੱਜ ਦਿਨ ਜਿਹੜੀ ਹੈ ਵਾਧਾ ਪੈ ਰਿਹਾ ਇਹਨਾਂ ਦੇ ਬਿਜ਼ਨਸ ਦੇ ਵਿੱਚ, ਕਿਵੇਂ ਦੇ? ਭਾਅ ਜੀ ਵੇਖੋ, ਰੱਬ ਦਾ ਨਾਂ ਲੈਣਾ ਅਸੀਂ ਸਾਰੇ ਆਹਤ ਦਿੰਦੇ ਹਾਂ, ਪਰ ਲਿਆ ਨਹੀਂ ਜਾਂਦਾ, ਅਸੀਂ ਚੱਲ ਜੀ ਦਾ ਫਾਰਮੈਲਿਟੀ ਕਰ ਆਈਦੀ ਆ, ਗੁਰਦੁਆਰੇ ਮੱਥਾ ਟੇਕਦੇ, ਸਾਰੇ ਇੱਦਾਂ ਹੀ ਕਰਦੇ ਆ। ਉਹ 100 'ਚ ਕੋਈ 10 ਬੰਦੇ ਹੋਣਗੇ ਜਿਹੜੇ ਉੱਥੇ ਪਾਠ ਕਰਦੇ ਆ, ਸੱਚੀ ਨੀਤ ਨਾਲ ਜਾਂਦੇ ਆ, ਪਰ ਇਹੋ ਜਿਹਾ ਜਿਹੜਾ ਉਪਰਾਲਾ ਨਾ, ਇਹੋ ਜਿਹਾ ਕੋਈ ਵੀ ਨਹੀਂ ਕਰਦਾ ਜਿਹੜਾ ਇਹਨਾਂ ਕੀਤਾ ਆ, ਵੀ ਬੜਾ ਵਧੀਆ ਕੀਤਾ ਆ। ਕੋਈ ਫਰੀ ਅੱਜ ਕੱਲ੍ਹ ਭਾਅ ਜੀ ਫਰੀ ਕੋਈ 10 ਰੁਪਏ ਨਹੀਂ ਦਿੰਦਾ ਇੱਥੇ ਤੁਹਾਨੂੰ, ਕਿ ਮੰਗ ਲਓ ਕਿੰਨੇ ਤੁਹਾਨੂੰ ਫਰੀ ਖਵਾ ਦੇਣਾ, ਮਾਈਕ ਇੱਥੇ ਛੱਡ ਦਿਓ, ਮੇਰਾ ਨਾਂ ਰੇਹੜੀ 'ਤੇ ਚੱਲ ਜਾਓ, ਯਾਰ ਮੇਰੇ ਕੋਲ ਪੈਸੇ ਨਹੀਂ ਹੈਗੇ ਫਰੀ, ਮੈਂ ਕੱਲ੍ਹ ਦੇ ਦਾਂਗਾ ਉਹਨੂੰ, ਕਹਿੰਦਾ ਨਾ ਹੁਣੇ ਦੇ ਕੇ ਜਾਏ ਅੱਜ ਦੇਣੇ ਆ। ਅਤੇ ਇਹ ਵੀਰ ਦਾ ਉਪਰਾਲਾ ਬੜਾ ਵਧੀਆ, ਕੋਈ ਵੀ ਆਣ ਕੇ ਕਿ ਕੋਈ ਨਹੀਂ ਹੈਗੇ, ਕੋਈ ਗਰੀਬ ਬਥੇਰੀ ਦੁਨੀਆ ਤੁਰੀ ਆ ਭਾਅ ਜੀ ਫਿਰਦੀ, ਇੱਥੇ ਤੁਸੀਂ ਵੇਖੋਗੇ ਆ 20 ਮੰਗਣ ਵਾਲੇ ਤੁਰੇ ਫਿਰਦੇ ਨੇ, ਅਤੇ 11 ਵਾਲ ਬਾਬੇ ਦੀਪ ਸਿੰਘ ਦਾ ਨਾਂ ਲੈਣਾ ਆ, ਅਤੇ ਚਾਂਪਾ ਢਿੱਡ ਭਰ ਕੇ ਖਾ ਲੈਣੀਆਂ। ਵੀਰਾਂ ਦਾ ਚਾਹੇ ਅਮੀਰ ਆ ਜਾਵੇ, ਚਾਹੇ ਕੋਈ ਮਾੜਾ ਬੰਦਾ ਵੀ ਆ ਜਾਵੇ, ਚਾਹੇ ਬੱਚਾ ਆ ਜਾਵੇ, ਚਾਹੇ ਜਵਾਨ ਆ ਜਾਵੇ, ਜਿਹੜਾ ਵੀ ਧੰਨ ਧੰਨ ਬਾਬਾ ਦੀਪ ਸਿੰਘ ਜੀ 13 ਵਾਰ ਜਾਪਦਾ, ਉਸਨੂੰ ਮੁਫਤ ਹੀ ਦਿੱਤੀਆਂ ਜਾਂਦੀਆਂ ਨੇ, ਪਰ ਜਾਪਦਾ ਨਹੀਂ ਜੀ, ਇਸ ਨਾਲ ਵੀਰ ਦਾ ਥੋੜ੍ਹਾ ਨੁਕਸਾਨ ਵੀ ਹੋਏਗਾ ਜੇ ਸਾਰੇ ਹੀ ਫਰੀ ਦੇ ਵਿੱਚ ਆਉਣ ਸ਼ੁਰੂ ਹੋ ਜਾਣ। ਭਾਅ ਜੀ ਉਹ ਤਾਂ ਸੋਚਣ ਵਾਲੇ ਦੀ ਸੀ ਨਾ, ਹੁਣ ਮੈਂ ਵੀ ਆਣ ਕੇ ਬਾਬਾ ਦੀਪ ਸਿੰਘ ਦਾ ਨਾਮ ਅਸੀਂ ਲੈਂਦੇ, ਪਰ ਅਸੀਂ ਆਹ ਇੰਨੇ ਪੈਸੇ ਹੀ ਖਰਚ ਸਕਦੇ ਹਾਂ, ਅਸੀਂ ਖਾ ਸਕਦੇ ਹਾਂ, ਉੱਦਾਂ ਭਾਵੇਂ ਵੀਰ ਲਾ ਕੇ ਫੇਰ ਲੈ ਲਓ ਆਣ ਕੇ ਨਾ, ਪਰ ਉਹਨੂੰ ਪੈਸੇ ਜਿਹੜਾ ਕੰਫਰਟ ਕਰ ਸਕਦਾ ਨਾ, ਉਹ ਪੈਸੇ ਜ਼ਰੂਰ ਦੇਵੇ। ਵੀਡੀਓ ਤਾਂ ਚਲੋ ਸਾਰਿਆਂ ਵੇਖਣੀ ਹੈ, ਜਿੰਨੇ ਵੀ ਵੇਖਣੀ ਹੈ, ਇਹ ਵੀ ਥੋੜ੍ਹੀ ਜਿੱਦਾਂ ਲਾ ਲਓ ਜੇ 10 ਗਾਹਕ ਆ ਗਏ ਆ, 10 ਮਗਰ ਇੱਕ ਫਰੀ ਖਾਣ ਵਾਲਾ ਫਿਰ ਚੱਲ ਜੂਗਾ, ਜੇ 10 ਦੇ 10 ਹੀ ਫਰੀ ਆ ਗਏ ਤਾਂ ਵੀਰ ਦਾ ਕੰਮ ਕਿੱਥੋਂ ਚੱਲੂਗਾ? ਪਰ ਦਸਵੰਧ ਦੇਣ ਦਾ ਇਹ ਜਿਹੜਾ ਉਪਰਾਲਾ ਹੈ ਬਹੁਤ ਵਧੀਆ ਉਪਰਾਲਾ ਹੈ, ਕਿਉਂਕਿ ਹਰ ਬੰਦਾ ਆਪਣੇ ਜਿਹੜੇ ਮਿਹਨਤ ਦੀ ਜਿਹੜੀ ਰੋਜ਼ੀ ਰੋਟੀ ਹੁੰਦੀ ਹੈ ਉਹਦੇ ਵਿੱਚ ਦਸਵੰਧ ਦਿੰਦਾ ਰੱਬ ਦੇ ਨਾਮ 'ਤੇ, ਤਾਂ ਪਰ ਵੀਰ ਨੇ ਦਸਵੰਧ ਦੇਣ ਵਾਸਤੇ ਨਵਾਂ ਉਪਰਾਲਾ ਜਿਹੜਾ ਲੱਭਿਆ, ਇਸ ਨੂੰ ਬਹੁਤ ਸਲਾਜਾ ਵੀ ਮੰਨਿਆ ਜਾ ਰਿਹਾ, ਸਲਾਹਿਆ ਵੀ ਜਾ ਰਿਹਾ। ਭਾਅ ਜੀ ਪੰਜਾਬ ਦੀ ਧਰਤੀ 'ਤੇ ਬੈਠੇ ਹਾਂ, ਇੱਥੇ ਲੰਗਰ ਮੁੱਕਦੇ ਹੀ ਨਹੀਂ, ਹਿੰਦੂ ਹੋ ਜੇ ਤੁਸੀਂ ਵੇਖ ਲਓ, ਹਿੰਦੂ ਵੀ ਲੰਗਰ ਲਾਉਂਦਾ ਆ, ਤਾਂ ਜੱਟ ਵੀ ਲਾਉਂਦਾ ਆ, ਤਾਂ ਈਸਾਈ ਵੀ ਜਿੰਨੇ ਜੋਗੇ ਹੁੰਦੇ ਆ ਉਹ ਵੀ ਲੰਗਰ ਲਾਉਂਦੇ ਆ, ਬਾਹਰ ਨਹੀਂ ਕਿਤੇ ਹੈਗਾ, ਪੰਜਾਬ 'ਚ ਆਪਣੇ ਹੈਗਾ, ਇਹ ਦਸਵੰਧ ਦੀ ਸਾਡੇ ਵੱਡਿਆਂ ਤੋਂ ਰਸਮ ਚੱਲਦੀ ਹੈ, ਇਹ ਚੱਲਦੀ ਰਹਿਣੀ ਹੈ, ਸਿੱਖਾਂ ਵੀ ਕਰਦੇ ਰਹਿਣਾ, ਹਿੰਦੂਆਂ ਵੀ ਕਰਦੇ ਰਹਿਣਾ, ਇਹ ਜਿੰਨਾ ਦਸਵੰਧ ਦੇਵਾਂਗੇ ਉਹਨਾਂ ਰੱਬ ਨੇ ਸਾਨੂੰ ਵੱਧ ਦੇਣਾ। ਅੰਮ੍ਰਿਤ ਭਾਅ ਜੀ, ਜਾਂਦਿਆਂ ਜਾਂਦਿਆਂ ਅਪੀਲ ਕੀ ਲਾਉਣੇ ਚਾਹੁੰਦੇ ਹੋ, ਸੁਨੇਹਾ ਕੀ ਲਾਉਣਾ ਚਾਹੁੰਦੇ ਹੋ ਇਸ ਵੀਰ ਵਾਸਤੇ? ਮੈਂ ਤਾਂ ਭਾਅ ਜੀ ਇਹੋ ਹੀ ਆਹਨਾ ਆ ਵੀ ਜੇ ਉਹ ਵੀਰ ਨੇ ਕਦਮ ਚੁੱਕਿਆ ਨਾ, ਉਹਦੇ ਵੇਖ ਕੇ ਹੋਰ ਵੀ ਚੁੱਕੇ, ਉਹਦਾ ਸਾਥ ਦਿਓ ਫੁੱਲ, ਬਾਕੀ ਵੀ ਰੇਹੜੀਆਂ ਲੱਗੀਆਂ, ਜਿੰਨੇ ਜਿੱਥੇ ਖਾਣਾ ਆ ਉਹਦੀ ਥੋੜ੍ਹੀ ਜਿਹੀ ਸੇਲ ਵਧੇਗੀ ਤਾਂ ਦਸਵੰਧ ਅੱਗੇ ਕੰਟੀਨਿਊ ਚੱਲੇਗਾ, ਜੇ ਉਹਦੀ ਸੇਲ ਹੀ ਨਾ ਹੋਈ ਤੁਸੀਂ ਲਾਗੇ ਬੰਨੇ ਖਾਂਦੇ ਰਹੇ ਫਰੀ ਵਾਲੇ ਤਾਂ ਘੁੰਮਦੇ ਰਹੇ, ਤਾਂ ਵੀਰ ਦਾ ਉਹਦੇ ਦਸਵੰਧ ਕੀਤੇ ਦਾ ਕੀ ਫਾਇਦਾ ਹੈਗਾ? ਇਹਨੇ ਘਾਟਾ ਥੋੜ੍ਹਾ ਨੂੰ ਪਾਉਣਾ, ਰੱਬ ਨੇ ਨਾਂ ਲੈਂਦਾ ਵਾਧਾ ਹੀ ਪੈਣਾ ਇਹਦਾ, ਹੋਰ ਵੀ ਇਹਦੀ ਜਿਹੜਾ ਮਤ ਕਰ ਸਕਦਾ, ਬੜੀ ਦੁਨੀਆ ਦਾਨੀ ਤੋਂ ਦਾਨੀ ਆ, ਜਿਹੜਾ ਵੀ ਮਤ ਕਰ ਸਕਦਾ ਆ, ਅਣ ਕਿਸਾਨ ਅੰਦੋਲਨ ਜਦੋਂ ਚੱਲਿਆ ਸੀ ਥੋੜ੍ਹਾ ਬਾਹਰੋਂ ਪੈਸਾ ਆਇਆ, ਜਿਹੜਾ ਮਤ ਕਰ ਸਕਦਾ ਵੀਰ ਦੀ ਕਰੇ, ਇਹਦਾ ਕੰਮ ਵਧੇ, ਇਹ ਹੋਰ ਬਾਬੇ ਦੀਪ ਸਿੰਘ ਦਾ ਕੀਤਾ, ਕੱਲ੍ਹ ਨੂੰ ਗੋਲਡਨ ਟੈਂਪਲ ਗੁਰੂ ਰਾਮਦਾਸ ਦਾ ਨਾਮ ਲੈਣ 'ਤੇ ਕਰੇ ਵੀਰ, ਅਸੀਂ ਇਹ ਆਉਂਦੇ ਹਾਂ। ਬਹੁਤ ਬਹੁਤ ਧੰਨਵਾਦ ਹੈ ਜੀ। ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਹੋ ਜੀ, ਇਹ ਦਸਵੰਧ ਦੇਣ ਦਾ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ, ਚਾਹੇ ਚਾਂਪਾਂ ਦੀ ਰੇਹੜੀ ਲਾਉਂਦੇ ਨੇ, ਮੋਟੂ ਵੈੱਜ ਚਾਂਪ ਦੇ ਨਾਮ ਨਾਲ ਰਣਜੀਤ ਐਵਨਿਊ ਦੇ ਵਿੱਚ ਰੇਹੜੀ ਲਾ ਰਿਹਾ ਵੀਰ, ਪਰ ਚਾਂਪਾਂ ਦੀ ਰੇਹੜੀ ਦੇ ਵਿੱਚੋਂ ਵੀ ਆਪਣਾ ਦਸਵੰਧ ਦੇ ਰਿਹਾ ਹੈ, ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਜਿਹੜਾ 13 ਵਾਰ ਨਾਮ ਜਪਦਾ ਹੈ, ਉਸ ਨੂੰ ਜਿਹੜਾ ਵੈੱਜ ਚਾਂਪਾਂ ਜਿਹੜੀਆਂ ਮੁਫਤ ਦਿੱਤੀਆਂ ਜਾ ਰਹੀਆਂ ਨੇ। ਨਾਮ ਤਾਂ ਸਾਰੇ ਲੈਂਦੇ ਨੇ ਰੱਬ ਦਾ, ਪਰ ਨਾਮ ਲੈਣ ਨਾਲ ਜਿਹੜੀਆਂ ਮੁਰਾਦ
ਅਤੇ ਮੋਟੂ ਵੈੱਜ ਚੰਪ ਦੇ ਨਾਲ ਜਿਹੜੀ ਰੇਹੜੀ ਚੱਲ ਰਹੀ ਹੈ ਇੱਥੇ ਆਪਣੀ ਜ਼ਰੂਰ ਪਹੁੰਚ ਕੇ ਇਹਨਾਂ ਦਾ ਹੌਸਲਾ ਵਧਾਈ ਜ਼ਰੂਰ ਕਰੋ, ਕਿਉਂਕਿ ਬਾਬਾ ਜੀ ਦੇ ਨਾਮ ਦੇ ਉੱਪਰ ਜਿਹੜੀਆਂ ਮੁਫਤ ਚੰਪਾਂ ਦਿੱਤੀਆਂ ਜਾ ਰਹੀਆਂ। ਤਾਂ ਮੈਨੂੰ ਦਿਓ ਇਜਾਜ਼ਤ, ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਗਿੱਲ ਲਾਲੀ, ਤੁਸੀਂ ਜੁੜੇ ਰਹੋ।